ਗੁੱਡ ਮਾਰਨਿੰਗ। ਸੁਬਹ ਸੁਬਹ ਦਾ ਟਾਈਮ ਹੈ, ਤਕਰੀਬਨ 7:30 ਹੋਏ ਨੇ, ਅੱਖ ਖੁੱਲ ਗਈ ਸੀਗੀ। ਅਤੇ ਨਾ ਮੇਰਾ ਪ੍ਰੋਗਰਾਮ ਸੀਗਾ ਹਾਈਕ 'ਤੇ ਜਾਣ ਦਾ, ਕੁਛ ਦੋਸਤਾਂ ਨੂੰ ਪੁੱਛਿਆ, ਉਹਨਾਂ ਨੇ ਕਿਸੇ ਨੇ ਹਾਮੀ ਨਹੀਂ ਭਰੀ। ਅਤੇ ਹੁਣ ਹਾਈਕ ਦਾ ਤਾਂ ਮੇਰੀ ਵੀ ਹਿੰਮਤ ਨਹੀਂ ਪਈ ਹੈਗੀ, ਕਿਉਂਕਿ ਮੇਰਾ ਇੱਕ ਨਾ ਪਹਿਲਾਂ ਐਕਸਪੀਰੀਅੰਸ ਬੜਾ ਰੋਂਗ ਹੋ ਗਿਆ ਸੀ। ਮੈਂ ਇਕੱਲਾ ਟੁਰ ਗਿਆ ਸੀ ਅਤੇ ਬੜਾ ਖੌਫਨਾਕ ਜਿਹਾ ਏਰੀਆ ਸੀਗਾ, ਅਤੇ ਮੈਂ ਮਸਾਂ ਹੀ ਬਚ ਬਚਾ ਕੇ ਵਾਪਸ ਆਇਆ ਸੀ। ਸੋ ਮੈਂ ਸੋਚਿਆ ਹੁਣ ਉੱਠ ਤਾਂ ਗਿਆ ਹੀ ਹਾਂ, ਤੋ ਐਟਲੀਸਟ ਮੋਰਨਿੰਗ ਵਾਕ ਕਰਕੇ ਆਉਂਦਾ, ਉਸ ਇਲਾਕੇ ਨੂੰ ਵੇਖ ਆਉਂਦਾ, ਜਿਵੇਂ ਕਹਿੰਦੇ ਰੈਕੀ ਕਰ ਆਈਏ, ਅਤੇ ਰੈਕੀ ਕਰਕੇ ਆਉਂਦੇ ਹਾਂ। ਬਹੁਤ ਖੂਬਸੂਰਤ ਨਜ਼ਾਰਾ ਹੈ ਮਾਸ਼ਾਅੱਲਾ ਯਾਰ। ਸੁਬਹਾ ਸੁਬਹਾ ਦਾ ਟਾਈਮ ਆ, ਸੂਰਜ ਨਿਕਲ ਰਿਹਾ, ਇਫ ਯੂ ਕੈਨ ਸੀ ਇਸ ਡਾਇਰੈਕਸ਼ਨ ਦੇ ਵਿੱਚੋਂ ਸੂਰਜ ਨਿਕਲ ਰਿਹਾ ਆ। ਔਰ ਹੁਣ ਇੱਥੇ ਨਾ ਸਰਦੀ ਵੀ ਪੈਣ ਲੱਗ ਪਈ ਆ, ਦੇਖੋ ਜ਼ਰਾ 2 ਸੈਂਟੀਗ੍ਰੇਡ ਅੱਜ ਟੈਂਪਰੇਚਰ ਆ ਇਸ ਵੇਲੇ ਦਾ। ਅਤੇ ਮੈਂ ਹੁਣ ਉੱਠਿਆ ਹੋਇਆ ਸੀਗਾ, ਅਤੇ ਮੈਂ ਕਿਹਾ ਚਲੋ ਮੋਰਨਿੰਗ ਵਾਕ ਕਰ ਆਉਂਦੇ ਹਾਂ, ਫਾਇਦਾ ਚੁੱਕੀਏ, ਕੋਈ ਉੱਠ ਤਾਂ ਗਏ ਹੀ ਆ। ਅੱਜ ਹੁਣ ਜਿਸ ਟਰੈਕ ਦੇ ਉੱਤੇ ਜਾ ਰਹੇ ਹਾਂ ਵਿਜ਼ਿਟ ਕਰਨ, ਜਿਹਨੂੰ ਐਵੇਂ ਦੇਖਣ ਵਾਸਤੇ, ਉਹਦਾ ਨਾਮ ਹੈਗਾ ਆ ਵੈਸਟਨ ਮੋਰ ਐਂਡ ਬਟਰਫਲਾਈ ਰਿਜ਼ਰਵਾਇਰ ਸਰਕੂਲਰ। ਸਰਕੂਲਰ ਹਰ ਉਸ ਟਰੈਕ ਦੇ ਨਾਲ ਲੱਗਦਾ ਹੈ ਜਿਹੜਾ ਨਾ ਇੱਕ ਸਰਕੂਲਰ ਸ਼ੇਪ ਦੇ ਵਿੱਚ ਹੋਵੇ। ਤੁਸੀਂ ਇੱਕ ਜਗ੍ਹਾ ਤੋਂ ਸ਼ੁਰੂ ਕਰੋ ਔਰ ਘੁੰਮ ਘੁੰਮਾ ਕੇ ਤੁਸੀਂ ਉਸੇ ਪੁਆਇੰਟ 'ਤੇ ਵਾਪਸ ਆ ਜਾਓ, ਉਹਨਾਂ ਨੂੰ ਸਰਕੂਲਰ ਕਹਿੰਦੇ ਨੇ। ਮੈਜੋਰਿਟੀ ਆਫ ਦਾ ਟਰੈਕਸ ਜਿਹੜੇ ਹੈਗੇ ਨੇ ਇੱਥੇ ਸਰਾਊਂਡਿੰਗ ਏਰੀਆਜ਼ ਦੇ ਵਿੱਚ ਜਿੱਥੇ ਮੈਂ ਰਹਿੰਦਾ ਹਾਂ, ਉਹ ਮੈਜੋਰਿਟੀ ਸਰਕੂਲਰਸ ਹੀ ਨੇ। ਅਤੇ ਮੇਰਾ ਖਿਆਲ ਆ ਵਾਕ ਵਾਸਤੇ ਅੱਛੇ ਵੀ ਉਹੀ ਰਹਿੰਦੇ ਨੇ ਜਿਹੜੇ ਸਰਕੂਲਰ ਹੁੰਦੇ ਨੇ, ਤੁਹਾਨੂੰ ਨਾ ਕੋਈ ਟੈਨਸ਼ਨ ਨਹੀਂ ਹੁੰਦੀ। ਇੱਕ ਮੈਂ ਗਿਆ ਸੀਗਾ ਟ੍ਰੇਲ ਦੇ ਉੱਤੇ, ਉਹਦਾ ਨਾਮ ਆ, ਉਹਨੂੰ ਕਹਿੰਦੇ ਆ ਸਟੁਡਲੀ ਪਾਈਕ ਮੋਨੂਮੈਂਟ। ਉਹ ਸਟਰੇਟ ਲਾਈਨ ਆ, ਤੁਸੀਂ ਥੱਲੋਂ ਚੜ੍ਹਦੇ ਹੋ ਪਹਾੜੀ ਦੇ ਉੱਤੇ, ਆਲ ਦਾ ਵੇ ਅਪ ਅੱਗੇ ਜਾ ਕੇ ਉਹ ਮੋਨੂਮੈਂਟ ਆ, ਅਤੇ ਵਾਪਸ ਆਉਣ ਵਾਸਤੇ ਵੀ ਤੁਹਾਡੇ ਕੋਲ ਨਾ ਉਹੀ ਟਰੈਕ ਆ। ਉਸ ਪਹਾੜੀ ਦੇ ਉੱਤੇ ਵੀ ਬਹੁਤ ਸਾਰੇ ਟਰੈਕਸ ਨੇ, ਤੁਸੀਂ ਇੱਦਾਂ ਕਰ ਸਕਦੇ ਹੋ ਕਿ ਇੱਕ ਰਸਤੇ ਤੋਂ ਜਾਓ, ਦੂਸਰੇ ਤੋਂ ਵਾਪਸ ਆ ਜਾਓ, ਲੇਕਿਨ ਜਿਹੜੇ 'ਤੇ ਮੈਂ ਗਿਆ ਸੀਗਾ ਉਹ ਉਸੇ 'ਤੇ ਤੁਸੀਂ ਉੱਪਰ ਜਾਂਦੇ ਹੋ, ਉਸੇ 'ਤੇ ਥੱਲੇ ਆਉਂਦੇ ਹੋ। ਕਿਆ ਨਜ਼ਾਰਾ ਹੁੰਦਾ ਯਾਰ ਸੁਬਹਾ ਦਾ, ਅਗਰ ਤੁਹਾਨੂੰ ਹੈਬਿਟ ਬਣ ਜਾਵੇ ਨਾ, ਆਦਤ ਬਣ ਜਾਵੇ ਸੁਬਹਾ ਉੱਠਣ ਦੀ, ਵਾਕ 'ਤੇ ਜਾਣ ਦੀ, ਤਾਂ ਯਕੀਨ ਕਰੋ ਇਹੋ ਜਿਹੀ ਜਿਹੜੀ ਖੂਬਸੂਰਤੀ ਆ ਉਹ ਤੋਂ ਤੁਸੀਂ ਮਹਿਸੂਸ ਹੋ ਸਕਦੇ ਹੋ। ਜਿਹਨਾਂ ਲੋਕਾਂ ਨੂੰ ਆਦਤ ਹੋ ਜਾਂਦੀ ਹੈ ਨਾ, ਐਡਿਕਟਿਡ ਹੋ ਜਾਂਦੇ ਨੇ ਸੁਬਹਾ ਉੱਠਣ ਦੇ, ਵਾਕ 'ਤੇ ਜਾਣ ਦੇ, ਇਸ ਖੂਬਸੂਰਤੀ ਨੂੰ ਦੇਖਣ ਦੇ,
ਦੇ ਵਿਲ ਨੋਟ ਮਿਸ ਇਟ ਫੋਰ ਵਰਲਡ, ਦੇ ਡੋਂਟ ਮਿਸ ਇਟ ਫੋਰ ਵਰਲਡ। ਅਤੇ ਬਹੁਤ ਹੀ ਸ਼ਾਨਦਾਰ ਆ, ਸਪੈਸ਼ਲੀ ਆਹ ਤੁਸੀਂ ਦੇਖੋ ਨਾ ਜਿਹੜੀਆਂ ਨੈਰੋ ਜਿਹੀਆਂ ਸੜਕਾਂ ਨੇ, ਇਹ ਬਿਊਟੀ ਹੈ ਇੰਗਲੈਂਡ ਦੀ, ਮੈਨੂੰ ਇਹ ਬਹੁਤ ਪਸੰਦ ਆ। ਤੁਸੀਂ ਇੱਕ ਲਿਹਾਜ਼ ਨੂੰ ਅਸੀਂ ਦੇਖਦੇ ਹੋ ਇਹਦੀਆਂ ਸੜਕਾਂ, ਤੁਹਾਨੂੰ ਫੀਲ ਹੁੰਦਾ ਕਿ ਯਾਰ ਬੜਾ ਹੀ ਨੈਰੋ ਅਤੇ ਕੰਜਸਟਡ ਜਿਹਾ ਮੁਲਕ ਹੈ, ਬਟ ਯਕੀਨ ਕਰੋ ਇਹ ਜਿਹੜੀ ਚੀਜ਼ ਹੈ ਨਾ, ਮੈਂ ਇਹਨੂੰ ਸਿਗਨੇਚਰ ਬਿਊਟੀ ਕਹਿੰਦਾ ਇੰਗਲੈਂਡ ਦੀ। ਇਹ ਸਾਡੇ ਨੌਰਥ ਵੈਸਟ ਆਫ ਇੰਗਲੈਂਡ ਵਿੱਚ ਵੀ ਇੱਦਾਂ ਦੀਆਂ ਥਾਵਾਂ ਬਹੁਤ ਨੇ, ਅਤੇ ਅਗਰ ਤੁਸੀਂ ਉੱਪਰ ਚਲੇ ਜਾਓ ਸਕੋਟਲੈਂਡ ਦੇ ਵਿੱਚ, ਉੱਥੇ ਵੀ ਇਹੋ ਜਿਹੀ ਖੂਬਸੂਰਤੀ ਬਹੁਤ ਆ। ਆਈ ਲਵ ਇਟ, ਸਪੈਸ਼ਲੀ ਜਦੋਂ ਇਹੋ ਜਿਹਾ ਵੈਦਰ ਹੁੰਦਾ ਹੈ ਨਾ, ਸੁਬਹਾ ਸੁਬਹਾ ਦਾ ਟਾਈਮ ਹੋਵੇ, ਹਾਲੇ ਸੂਰਜ ਵੀ ਨਾ ਨਿਕਲਿਆ ਹੋਵੇ, ਅਤੇ ਉਹ ਬਹੁਤ ਹੀ ਖੂਬਸੂਰਤ ਜਿਹਾ ਨਜ਼ਾਰਾ ਪੇਸ਼ ਕਰਦੇ ਆ। ਔਰ ਅਗਰ ਠੰਡ ਹੁੰਡ ਪੈ ਰਹੀ ਹੋਵੇ, ਬਰਫਾਂ ਵਗੈਰਾ ਪੈ ਰਹੀਆਂ ਹੁਣ ਜਿਹੜੀਆਂ ਕਿ ਅਨਫੋਰਚੁਨੇਟਲੀ ਅੱਜ ਕੱਲ੍ਹ ਇੱਥੇ ਇੰਗਲੈਂਡ 'ਚ ਨਹੀਂ ਪੈਂਦੀਆਂ ਗਲੋਬਲ ਵਾਰਮਿੰਗ ਦੀ ਵਜ੍ਹਾ ਤੋਂ, ਅਤੇ ਜਦੋਂ ਕਿਤੇ ਪਈ ਹੋਈ ਹੋਵੇ ਨਾ ਸਨੋ, ਅਤੇ ਇੱਕ ਬਹੁਤ ਹੀ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਨੇ। ਹੁਣ ਇੱਥੇ ਦੇਖੋ ਦਿਲ ਕਰਦਾ ਕਿ ਬੰਦਾ ਸਾਈਡ 'ਤੇ ਗੱਡੀ ਖੜ੍ਹੀ ਕਰਕੇ ਨਾ, ਅਤੇ ਬਸ ਖੂਬਸੂਰਤੀ ਨੂੰ ਇੰਜੋਏ ਕਰੇ ਔਰ ਆਪਣੀਆਂ ਸੋਚਾਂ 'ਚ ਡੁੱਬੇ। ਜਿਹੜੇ ਕੰਮ ਨਹੀਂ ਕੀਤੇ ਕਦੇ, ਜਿਨ੍ਹਾਂ ਚੀਜ਼ਾਂ ਬਾਰੇ ਨਹੀਂ ਸੋਚਿਆ, ਉਹਨਾਂ ਚੀਜ਼ਾਂ ਬਾਰੇ ਬਹਿ ਕੇ ਸੋਚੇ, ਅਤੇ ਚਾਂਸਿਸ ਨੇ ਕਿ ਤੁਸੀਂ ਆਪਣੇ ਉਹਨਾਂ ਮਸਾਇਲ ਦਾ ਹੱਲ ਕੱਢ ਸਕੋ ਇੱਥੇ ਜ਼ਰਾ ਬ੍ਰੇਨ ਸਟੋਰਮਿੰਗ ਕਰਕੇ। ਔਰ ਇਫ ਯੂ ਡੋਂਟ ਵਾਂਟ ਟੂ ਡੂ ਐਨੀਥਿੰਗ ਯਾਰ, ਜਸਟ ਕੁਆਇਟਲੀ ਇੱਥੇ ਬੈਠੋ। ਇੱਥੇ ਜਿਹੜੀ ਮਤਲਬ ਖਾਮੋਸ਼ੀ ਹੁੰਦੀ ਹੈ ਨਾ ਇਹਨਾਂ ਇਲਾਕਿਆਂ ਦੇ ਵਿੱਚ, ਸਪੈਸ਼ਲੀ ਇਸ ਟਾਈਮ ਦੇ ਉੱਤੇ, ਉਹ ਵੀ ਬਸ ਨਾ ਕੀ ਉਹਦੇ ਬਾਰੇ ਗੱਲ ਕਰੀਏ, ਉਹ ਵੀ ਮਤਲਬ ਨਾ ਸੁਭਾਨ ਅੱਲਾ ਚੀਜ਼ ਹੁੰਦੀ ਹੈ। ਮਤਲਬ ਇੰਨੀ ਖੂਬਸੂਰਤੀ, ਇੱਕ ਇੰਤਹਾਈ ਦਿਲਕਸ਼ ਟਾਈਮ, ਸੁਬਹਾ ਦਾ ਸੂਰਜ ਨਿਕਲ ਰਿਹਾ ਹੈ, ਤੁਸੀਂ ਉਹਨੂੰ ਓਬਜ਼ਰਵ ਕਰ ਰਹੇ ਹੋ ਸੂਰਜ ਨਿਕਲ ਰਿਹਾ, ਔਰ ਇੰਤਹਾਈ ਖਾਮੋਸ਼ੀ, ਦੂਰ ਕਿਤੇ ਜਿੰਨਾ ਪੱਤਾ ਵੀ ਹਿੱਲੇਗਾ ਨਾ ਤੁਹਾਨੂੰ ਉਹਦੀ ਵੀ ਆਵਾਜ਼ ਕੰਨ 'ਚ ਆਏਗੀ। ਇੰਤਹਾਈ ਅੱਛਾ ਇਨਵਾਇਰਮੈਂਟ ਹੁੰਦਾ ਹੈ। ਇਸ ਲਈ ਮਤਲਬ ਕੋਸ਼ਿਸ਼ ਤਾਂ ਬੜੀ ਕਰੀਦੀ ਹੈ ਕਿ ਸਾਨੂੰ ਵੀ ਰੱਬ ਹਿੰਮਤ ਦੇਵੇ ਸਵੇਰੇ ਉੱਠਣ ਦੀ, ਅਤੇ ਸਵੇਰੇ ਉੱਠੀਏ, ਕੋਈ ਬਾਹਰ ਨਿਕਲੀਏ, ਕੋਈ ਵਾਕ ਸ਼ਾਕ ਕਰੀਏ। ਲੇਕਿਨ ਸਾਰਾ ਹਰ ਵਕਤ, ਹਰ ਰੋਜ਼, ਹਰ ਹਫ਼ਤੇ ਤਾਂ ਇਹੋ ਜਿਹਾ ਕੰਮ ਨਹੀਂ ਕਰ ਹੁੰਦਾ, ਲੇਕਿਨ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਕੋਸ਼ਿਸ਼ ਕਰਦਾ ਹਾਂ ਕਿ ਇਸ ਚੀਜ਼ ਨੂੰ ਇੰਜੋਏ ਕਰੀਏ। ਸੁਭਾਨ ਅੱਲਾ। ਆਈ ਥਿੰਕ ਬਸ ਆਪਾਂ ਹੁਣ ਕੋਲ ਹੀ ਹਾਂ ਉਸ ਟਰੈਕ ਦੇ। ਇਸ ਟਰੈਕ ਦੀ ਬਿਊਟੀ ਇਹ ਹੈ ਕਿ ਇਹਦੇ ਕੋਲ ਇੱਕ ਨਾ ਡੈਜ਼ਿਗਨੇਟਿਡ ਪਾਰਕਿੰਗ ਹੈ ਇਹਦੇ ਸਟਾਰਟਿੰਗ ਪੁਆਇੰਟ ਦੇ ਉੱਤੇ। ਬਹੁਤ ਸਾਰੇ ਟਰੈਕਸ ਹੁੰਦੇ ਨੇ ਜਿਨ੍ਹਾਂ ਦੀਆਂ ਪਾਰਕਿੰਗ ਨਹੀਂ ਹੁੰਦੀਆਂ, ਲੇਕਿਨ ਇਹਦੇ 'ਤੇ ਨਾ ਇੱਕ ਡੈਜ਼ਿਗਨੇਟਿਡ ਪਾਰਕਿੰਗ ਅਵੇਲੇਬਲ ਆ। ਔਰ ਉਸ ਪਾਰਕਿੰਗ ਦੇ ਵਿੱਚ ਕੋਈ ਲੰਮੀ ਚੌੜੀ ਤਾਂ ਨਹੀਂ ਹੈਗੀ ਕਿ ਤੁਸੀਂ ਕਹੋ 200 ਕਾਰਾਂ ਉੱਥੇ ਆ ਜਾਂਦੀਆਂ, ਲੇਕਿਨ ਇਨਫ ਆ ਕੋਈ 10-15 ਕਾਰਾਂ ਵਾਸਤੇ। ਮਤਲਬ ਇੱਕ ਵਕਤ ਦੇ ਵਿੱਚ ਇੰਨੇ ਹੀ ਹਾਈਕਰ, ਵਾਈਕਰ, ਵਾਕਰ ਇੱਥੇ ਪਹੁੰਚਦੇ ਨੇ, ਅਤੇ ਅਗਰ ਇੰਨੇ ਬੰਦੇ ਹੋਣ ਉਹਨਾਂ ਵਾਸਤੇ ਇਨਫ ਸਪੇਸ ਆ ਕਾਰ ਪਾਰਕ ਕਰਕੇ ਆਪਣੀ ਹਾਈਕਿੰਗ ਔਰ ਵਾਕ ਨੂੰ ਇੰਜੋਏ ਕਰਨ ਵਾਸਤੇ। ਆਹ ਦੇਖੋ ਸੀ, ਬਿਊਟੀਫੁਲ। ਪਲੀਜ਼ ਕੀਪ ਯੋਰ ਡੋਗ ਔਨ ਦ ਲੀਡ। ਆਈ ਹੈਵ ਫਾਈਨਲੀ ਕਮ ਟੂ ਦ ਪਲੇਸ ਆਈ ਵਾਂਟਡ ਟੂ ਕਮ। ਇਹ ਗ੍ਰੇਟਰ ਮੈਨਚੈਸਟਰ ਦੀ ਸਰਾਊਂਡਿੰਗ ਦੇ ਵਿੱਚ ਨਾ ਇੱਕ ਮਾਊਂਟਨ ਰੇਂਜ ਹੈ ਜਿਹਨੂੰ ਕਹਿੰਦੇ ਆ ਪੀਕ ਡਿਸਟ੍ਰਿਕਟ। ਇਹ ਨਾ ਉਹ ਮਾਊਂਟਨ ਆ, ਇਟਸ ਨਾਟ ਵਨ ਮਾਊਂਟਨ, ਐਜ਼ ਆਈ ਸੈਡ ਇਟਸ ਅ ਰੇਂਜ। ਅਤੇ ਇੱਥੇ ਨਾ ਬਹੁਤ ਸਾਰੇ ਟਰੈਕਸ ਔਰ ਹਾਈਕਿੰਗ ਐਂਡ ਵਾਕਿੰਗ ਟਰੈਕਸ ਅਵੇਲੇਬਲ ਨੇ, ਦਿਸ ਇਜ਼ ਵਨ ਆਫ ਦੈਮ। ਅਤੇ ਮੈਂ ਮੈਪ ਦੇ ਉੱਤੇ ਵੇਖਿਆ ਸੀਗਾ, ਜਿਹੜਾ ਮੇਰੇ ਪਿੱਛੇ ਰੋਡ ਦੇਖ ਰਹੇ ਹੋ ਨਾ, ਇਸ ਰੋਡ ਤੋਂ ਇੱਧਰ ਇੱਧਰ ਹੁਣ ਪੀਕ ਡਿਸਟ੍ਰਿਕਟ ਆ, ਉੱਧਰ ਕੁਛ ਹੋਰ ਆ, ਅਤੇ ਲੁਕਸ ਲਾਈਕ ਇਟ ਇਹ ਜਿਹੜਾ ਟਰੈਕ ਆ ਨਾ
ਦਿਸ ਇਜ਼ ਦ ਵੈਰੀ ਫਸਟ ਵਨ ਜਿਹੜਾ ਰੇਂਜ ਦੇ ਉੱਤੇ ਸ਼ੁਰੂ ਹੁੰਦਾ। ਆਪਾਂ ਲੰਮਾ ਚੌੜਾ ਕੰਮ ਨਹੀਂ ਕਰਨਾ ਕਿਉਂਕਿ ਮੇਰਾ ਸਿਰਫ ਮੈਂ ਮੋਰਨਿੰਗ ਵਾਕ ਦੀ ਇੰਟੈਂਸ਼ਨ ਨਾਲ ਆਇਆ, ਪ੍ਰੋਪਰ ਹਾਈਕ ਵਾਸਤੇ ਨਹੀਂ ਆਇਆ। ਅੱਜ ਸਿਰਫ ਰੈਕੀ ਕਰਦੇ ਹਾਂ, ਦੇਖਦੇ ਹਾਂ ਜਨਾਬ ਕੈਸਾ ਏਰੀਆ ਹੈ। ਖੂਬਸੂਰਤ ਤਾਂ ਡੈਫੀਨੇਟਲੀ ਹੈਗਾ ਹੀ ਆ, ਲੇਕਿਨ ਹਿੰਮਤ ਕਰਨੀ ਪੈਣੀ ਕਿਉਂਕਿ 10 ਕਿਲੋਮੀਟਰ ਲੌਂਗ ਆ। ਔਰ ਜਸਟ ਥੋੜ੍ਹੇ ਜਿਹੇ ਵਾਕ ਅਰਾਊਂਡ ਕਰਦੇ, ਤੁਹਾਨੂੰ ਬਿਊਟੀ ਵਿਖਾਉਂਦੇ, ਦੈਨ ਵਿਲ ਹੈਡ ਬੈਕ ਹੋਮ। ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ 90s ਦਾ ਦੌਰ ਵੇਖਿਆ ਨਾ, ਉਦੋਂ 1 ਰੁਪਈਏ ਵਾਲਾ ਨੋਟ ਹੁੰਦਾ ਸੀਗਾ, ਅਗਰ ਤੁਹਾਨੂੰ ਯਾਦ ਹੋਵੇ। ਉਸ 1 ਰੁਪਏ ਦੇ ਨੋਟ ਦੇ ਉੱਤੇ ਨਾ ਬੇਸਿਕਲੀ ਹਰ ਕਰੰਸੀ ਦੇ ਉੱਤੇ ਨੋਰਮਲੀ ਨਾ ਗਵਰਨਰ ਸਟੇਟ ਬੈਂਕ ਦੇ ਸਾਈਨ ਹੁੰਦੇ ਆ। ਇੱਥੇ ਹੁਣ ਇੰਗਲੈਂਡ ਦੇ ਵਿੱਚ ਜਿਹੜਾ ਹੈਗਾ ਆ ਉਹਨੂੰ ਕਹਿੰਦੇ ਆ, ਆਈ ਥਿੰਕ ਜਿਹੜਾ ਸੈਂਟਰਲ ਬੈਂਕ ਦਾ ਹੈੱਡ ਆ ਨਾ ਉਹਨੂੰ ਸ਼ਾਇਦ, ਨਾਟ ਸ਼ੋਰ ਯਾਰ ਉਹਨੂੰ ਕੀ ਕਹਿੰਦੇ ਆ, ਪਰ ਪਾਕਿਸਤਾਨ ਦੇ ਵਿੱਚ ਨਾ ਕਹਿੰਦੇ ਆ ਉਹਨੂੰ ਗਵਰਨਰ ਸਟੇਟ ਬੈਂਕ ਦਾ। ਅਤੇ ਹਰ ਕਰੰਸੀ ਨੋਟ ਦੇ ਉੱਤੇ ਨਾ ਗਵਰਨਰ ਦੇ ਸਾਈਨ ਹੁੰਦੇ ਆ। ਬਟ ਜਿਹੜਾ 1 ਰੁਪਿਆ ਔਰ 2 ਰੁਪਏ ਵਾਲਾ ਨੋਟ ਸੀਗਾ ਨਾ ਬੈਕ ਇਨ ਦਾ ਡੇਜ਼, ਉਹਦੇ 'ਤੇ ਹੁੰਦੇ ਸੀਗੇ ਦਸਤਖਤ ਸੈਕਰਟਰੀ ਮਿਨਿਸਟਰੀ ਆਫ ਫਾਈਨਾਂਸ ਦੇ। ਅਤੇ ਇੱਕ ਨਾ ਸੈਕਰਟਰੀ ਆਫ ਫਾਈਨਾਂਸ ਗੁਜ਼ਰੇ ਨੇ ਪਾਕਿਸਤਾਨ ਦੇ ਵਿੱਚ, ਉਹਨਾਂ ਦਾ ਨਾਂ ਸੀ ਹਬੀਬੁੱਲਾ ਬੇਗ। ਅੱਲਾ ਜਨਤ ਬਖਸ਼ੇ ਫੌਤ ਹੋ ਗਏ, ਅਤੇ ਮੈਨੂੰ ਵੀ ਨਾ ਇਤਫਾਕ ਹੋਇਆ ਉਹਨਾਂ ਦੇ ਨਾਲ ਕੰਮ ਕਰਨ ਦਾ। ਮੈਂ ਜਦੋਂ KSB ਬੈਂਕ 'ਚ ਕੰਮ ਕਰਦਾ ਸੀ ਉਹ KSB ਬੈਂਕ ਦੇ ਚੇਅਰਮੈਨ ਸੀਗੇ, ਔਰ ਉਹਨਾਂ ਦੇ ਨਾਲ ਉੱਠਣ ਬੈਠਣ ਦਾ ਨਾ ਇਤਫਾਕ ਹੋਇਆ ਉਹਨਾਂ ਦੀਆਂ ਚਾਰ ਗੱਲਾਂ ਸੁਣਨ ਦਾ। ਉਹ ਇੱਕ ਦਫ਼ਾ ਕਹਿ ਰਹੇ ਸੀ ਕਿ ਜੀ ਮੇਰੇ ਨਿਵਾਸੇ ਆਏ ਨੇ ਅਮਰੀਕਾ 'ਚੋਂ, ਮਤਲਬ ਉਹ ਕਹਾਣੀ ਸੁਣਾ ਰਹੇ ਸੀ ਆਪਣੀ, ਮੇਰੇ ਨਿਵਾਸੇ ਆਏ ਨੇ ਅਮਰੀਕਾ 'ਚੋਂ ਅਤੇ ਸਾਰਾ ਦਿਨ ਉਹ ਸੁੱਤੇ ਰਹਿੰਦੇ ਨੇ ਔਰ ਸਾਰੀ ਰਾਤ ਜਾਗਦੇ ਰਹਿੰਦੇ ਨੇ। ਅਤੇ ਉਹ ਕਹਿੰਦੇ ਕਿ ਮੇਰਾ ਤਾਂ ਪੁਆਇੰਟ ਆਫ ਵਿਊ ਇਹ ਆ ਯਾਰ ਕਿ ਅਗਰ ਤੁਸੀਂ ਜ਼ਿੰਦਾ ਹੋ ਨਾ ਤਾਂ ਸੁਬਹ ਜ਼ਰੂਰ ਉੱਠੋ ਔਰ ਮੋਰਨਿੰਗ ਨੂੰ ਇੰਜੋਏ ਕਰੋ। ਅਤੇ ਯਕੀਨ ਕਰੋ ਘੱਟ ਹੀ ਮੌਕਾ ਮਿਲਦਾ ਸਾਨੂੰ ਵੀ ਬਸ ਕਿਸਮਤ ਵੱਲੋਂ ਸਵੇਰੇ ਉੱਠਣ ਦਾ, ਬਟ ਦੈਟਸ ਰਿਐਲਿਟੀ ਯਾਰ। ਤੁਸੀਂ ਸਵੇਰੇ ਉੱਠਦੇ ਹੋ ਨਾ ਜਦੋਂ ਔਰ ਸੁਬਹਾ ਦੀ ਬਿਊਟੀ ਨੂੰ ਵੇਖਦੇ ਹੋ ਇੱਕ ਨਜ਼ਰ, ਤੁਹਾਨੂੰ ਅੰਦਾਜ਼ਾ ਹੁੰਦਾ ਕਿ ਹਾਓ ਪ੍ਰੈਸ਼ਸ ਹਾਓ ਬਿਊਟੀਫੁਲ ਦੈਟ ਇਜ਼। ਆਈ ਥਿੰਕ ਅੱਜ ਮੈਂ ਪ੍ਰੋਪਰ ਤਿਆਰੀ ਨਾਲ ਨਹੀਂ ਨਾ ਆਇਆ, ਇੰਟੈਂਸ਼ਨ ਵੀ ਨਹੀਂ ਸੀ ਹੈਗੀ, ਅਤੇ ਲਿਹਾਜ਼ਾ ਮੇਰੇ ਖਿਆਲ ਇੱਥੋਂ ਹੁਣ ਵਾਪਸ ਚੱਲਦੇ ਹਾਂ। ਮੈਂ ਆਪਣੇ ਬੂਟ ਵੀ ਨਹੀਂ ਪਾਏ ਹੋਏ ਪ੍ਰੋਪਰ ਹਾਈਕਿੰਗ ਵਾਲੇ, ਔਰ ਜਿਹੜਾ ਟਰੈਕ ਆ ਨਾ ਉਹ ਇੱਦਾਂ ਥੋੜ੍ਹਾ ਮੱਡੀ ਮੱਡੀ ਜਿਹਾ ਰਹਿਣਾ, ਕਿਉਂਕਿ ਮੈਂ ਡਿਸਕ੍ਰਿਪਸ਼ਨਸ ਵਗੈਰਾ ਪੜ੍ਹੀਆਂ ਨੇ, ਟਰੈਕ ਨਾ ਕੁਛ ਇਹਦਾ ਪੇਵਮੈਂਟਸ ਹੋਈਆਂ ਹੋਈਆਂ ਨੇ, ਬਾਕੀ ਐਵੇਂ ਕੱਚਾ ਮੱਚਾ ਹੀ ਆ। ਤੁਹਾਨੂੰ ਪਤਾ ਹੈ ਵਿੰਟਰ ਆ, ਵਿੰਟਰ ਦੀ ਵਜ੍ਹਾ ਤੋਂ ਮੀਂਹ ਕਣੀ ਚੱਲਦੀ ਰਹਿੰਦੀ ਆ, ਔਰ ਟਰੈਕ ਜਿਹੜਾ ਨਾ ਪ੍ਰੀਡੋਮੀਨੈਂਟਲੀ ਇੱਦਾਂ ਹੀ ਹੋਣਾ ਵੈਟ ਹੀ। ਅਤੇ ਖੂਬਸੂਰਤ ਜਗ੍ਹਾ ਯਾਰ, ਵਿਸ਼ਲਿਸਟ ਦੇ ਵਿੱਚ ਤਾਂ ਮੈਂ ਪਾ ਲਈ ਹੋਈ ਆ ਆਲਰੇਡੀ, ਬਸ ਹੁਣ ਨਾ ਇਹਨੂੰ ਪਾਇਆ ਤਕਮੀਲ ਤੱਕ ਪਹੁੰਚਾਉਣਾ। ਬਰਫ਼ ਜੰਮੀ ਹੋਈ ਹੈ ਪਾਣੀ ਦੇ ਉੱਤੇ, ਠੰਡ ਹਲੇ ਇੰਨੀ ਜ਼ਿਆਦਾ ਨਹੀਂ ਹੋਈ ਹੈਗੀ, ਲੇਕਿਨ ਤੁਹਾਨੂੰ ਪਤਾ ਨਾ ਓਪਨ ਏਰੀਆ ਹੈ, ਪਹਾੜੀ ਹੈ, ਇੱਥੇ ਠੰਡ ਜ਼ਿਆਦਾ ਹੋ ਜਾਂਦੀ ਹੈ। ਮਾੜੀ ਮਾੜੀ ਨਾ ਬਰਫ਼ ਪਾਣੀ ਦੇ ਉੱਤੇ ਜੰਮੀ ਹੋਈ ਆ। ਆਹ ਸਾਰੀ ਅਗਰ ਹੁਣ ਤੁਸੀਂ ਰੇਂਜ ਵੇਖੋ ਨਾ, ਇਹ ਉਹ ਸਾਰੀ ਪੀਕ ਡਿਸਟ੍ਰਿਕਟ ਆ। ਸੂਰਜ ਮਾਸ਼ਾਲਾ ਨਿਕਲ ਰਿਹਾ ਆ, ਵੈਲ ਦੇਰ ਇਜ਼ ਸੂਰਜ, ਔਰ ਇਹ ਸਾਰੀ ਰੇਂਜ ਜਿਹੜੀ ਆ ਇਹ ਪੀਕ ਡਿਸਟ੍ਰਿਕਟ ਦੀ ਰੇਂਜ ਆ। ਏਰੀਆ ਛੋਟਾ ਜਿਹਾ ਪਾਰਕਿੰਗ ਹੈ ਜਿੱਥੇ ਆਪਾਂ ਗੱਡੀ ਪਾਰਕ ਕੀਤੀ ਆ, ਅਤੇ ਉਹਦੇ ਨਾਲ ਹੀ ਸਾਹਮਣੇ ਨਾ ਇੱਕ ਛੋਟਾ ਜਿਹਾ ਰਿਜ਼ਰਵਾਇਰ ਆ, ਗੱਡੀ ਇੱਥੇ ਪਾਰਕ ਕਰਕੇ ਯੂ ਕੈਨ ਸਟਾਰਟ ਯੂਰ ਹਾਈਕ ਫਰੋਮ ਹੀਅਰ। ਆਹ ਮੇਰਾ ਖਿਆਲ ਆ ਸਾਹਮਣੇ ਇੱਕ ਵੈਨ ਵਾਲਾ ਭਾਈ ਖੜ੍ਹਾ ਆ, ਜਿਹਨੇ ਜਿਹੜੇ ਵੈਨ ਲਾਈਫ ਵਾਲੇ ਕੰਮ ਨਹੀਂ ਹੁੰਦੇ ਇਹ, ਉਹ ਲੱਗਦਾ ਕਿਉਂਕਿ ਮੈਂ ਜਦੋਂ ਵੈਨ ਦੇ ਕੋਲੋਂ ਦੀ ਗੁਜ਼ਰਿਆ ਨਾ, ਉਹ ਵੈਨ ਦੇ ਵਿੱਚੋਂ ਦੀ
ਕੋਈ ਹੀਟਰ ਜਾਂ ਏ ਸੀ ਟਾਈਪ ਚੱਲਣ ਦੀ ਆਵਾਜ਼ ਆ ਰਹੀ ਸੀ। ਦਿਸ ਇਜ਼ ਵਟ ਵੀ ਕਾਲ ਇਨ ਇੰਗਲਿਸ਼ BEAUTIFUL। ਬਿਊਟੀਫੁਲ ਜਗ੍ਹਾ ਆ, ਮੋਰਨਿੰਗ ਵਾਕ ਵਾਸਤੇ ਆਇਆ ਸੀ, ਉਹ ਹੋ ਗਈ ਆ। ਹੁਣ ਇਨਸ਼ਾਅੱਲਾ ਪਲੈਨ ਕਰਕੇ ਨਾ ਕਿਸ ਦਿਨ ਇਹ ਪੂਰਾ ਟ੍ਰੇਲ ਕਵਰ ਕਰਾਂਗੇ, ਅਰਾਊਂਡ 10 ਕਿਲੋਮੀਟਰ ਦਾ ਆ, ਤਾਂ ਵੀ ਤੁਹਾਨੂੰ ਸ਼ੇਅਰ ਕਰਾਂਗੇ। ਲੈਟਸ ਗੋ ਹੋਮ ਨਾਓ।